ਵਾਹਿਗੁਰੂ ਸੱਚਾ ਪਾਤਸ਼ਾਹ, ਕਿਰਪਾ ਕਰੀਂ ਪਰਮਾਤਮਾ ਅਤੇ ਮੇਰੇ ਸਰੋਤਿਆਂ ਨੂੰ ਬਲ ਬਖਸ਼ੀ ਕਿ ਸਾਡਾ ਚੈਨਲ ਅੱਡੀ ਟੱਪਾ ਮਿਊਜ਼ਿਕ ਸਬਸਕ੍ਰਾਈਬ ਕਰਨ ਅਤੇ ਜਿੰਨੀਆਂ ਸਾਡੀਆਂ ਵੀਡੀਓ ਸਾਰੀਆਂ ਵੱਧ ਤੋਂ ਵੱਧ ਸ਼ੇਅਰ ਕਰਨ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡਾ ਆਪਣਾ ਦਿਆਲਾ ਅੰਬਰਸਰੀਆ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਨਵਾਂ ਨਕੋਰ ਐਪੀਸੋਡ ਲੈ ਕੇ। ਪ੍ਰੋਗਰਾਮ ਦਾ ਨਾਮ ਚੱਲੂ ਕਿ ਨਾ ਚੱਲੂ। ਅਤੇ ਲਓ ਜੀ, ਅੱਜ ਜਿਹੜੇ ਗਾਣੇ ਦੀ ਆਪਾਂ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ, ਪਤਾ ਤਾਂ ਲੱਗ ਹੀ ਗਿਆ ਹੋਣਾ। ਆਪਾਂ ਗੱਲ ਕਰ ਰਹੇ ਹਾਂ ਜੀ ਪਰਮੀਸ਼ ਵਰਮਾ ਜੀ ਦਾ ਸੁਪਰ ਡੁਪਰ ਹਿੱਟ ਗਾਣਾ ਮਾਰਕੀਟ 'ਚ ਚੱਲ ਰਿਹਾ, ਗਾਲ ਨਹੀਂ ਕੱਢਣੀ। ਲਓ ਜੀ, ਗਾਣਾ ਬਹੁਤ ਵਧੀਆ ਬਣਿਆ ਵਾਕਈ, ਪਰ ਮੈਨੂੰ ਲੱਗਦਾ ਨਹੀਂ ਪਰਮੀਸ਼ ਵਰਮਾ ਵਰਗਾ ਵਿਹਲੀ ਬੰਦਾ ਕਦੀ ਕਾਲਜ 'ਚ ਗਾਲ ਨਾ ਕੱਢੀ ਹੋਵੇ। ਚਲੋ ਆਪਾਂ ਕੀ ਲੈਣਾ ਜੀ, ਸਾਨੂੰ ਵਧੀਆ ਗਾਣਾ ਬਣਾ ਕੇ ਦਿੱਤਾ। ਅਤੇ ਗਾਣਾ ਲਿਖਿਆ ਕਿੰਨੇ ਆ ਵਿੱਕੀ ਗਿੱਲ ਭਾਅ ਜੀ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ। ਅਤੇ ਗਾਣਾ ਲਿਖਿਆ ਕਾਹਦਾ ਜੀ, ਐਵੇਂ ਬਸ ਹਕੀਕਤ ਹੀ ਬਿਆਨ ਕੀਤੀ ਆ, ਗਾਲ ਨਹੀਂ ਕੱਢਣੀ। ਮੈਂ ਕਹਿੰਦਾ ਵਾਕਈ ਬੰਦੇ ਨੇ ਗਾਣੇ ਦੇ ਵਿੱਚ ਗਾਲ ਕੱਢੀ ਨਹੀਂ, ਪਰ ਲੱਗਾ ਕਿ ਗਾਲਾਂ ਕੱਢੀਆਂ ਹੈ ਵਧੀਆ ਵਧੀਆ, ਜਿਹੜੀਆਂ ਅੱਛੀਆਂ ਗਾਲਾਂ ਸੁਣਨ ਨੂੰ ਮਜ਼ਾ ਆਇਆ। ਅਤੇ ਸਭ ਤੋਂ ਵਧੀਆ ਜਿਹੜੀ ਮੈਨੂੰ ਗੱਲ ਲੱਗੀ ਇਸ ਗਾਣੇ ਦੇ ਵਿੱਚ, ਇੱਦਾਂ ਦੀ ਦਾੜੀ ਵਾਲੇ ਭਾਅ ਜੀ ਪਰਮੀਸ਼ ਵਰਮਾ ਭਾਅ ਜੀ ਨੇ ਵੀਡੀਓ ਬਣਾਈ, ਮਤਲਬ ਲੱਗਦਾ ਤਾਂ ਐਂ ਵੀ ਦੇਸੀ ਜੀ ਘਰੇ ਫੜ ਫੜਾ ਕੇ ਬਣਾ ਲਈ ਵੀਡੀਓ, ਪਰ ਵੀਡੀਓ ਵੇਖਣ ਦਾ ਸਵਾਦ ਆ ਜਾਂਦਾ। ਮੈਂ ਤਾਂ ਬਹੁਤ ਵਾਰੀ ਵੇਖੀ, ਤੁਸੀਂ ਵੀ ਵੇਖੋ। ਲਓ ਜੀ, ਤੁਹਾਡੇ ਸਾਹਮਣੇ ਵੀਡੀਓ ਹਾਜ਼ਰ ਹੈ। ਉਹ ਕਈਆਂ ਦੀ ਤਾਂ ਸੋਚ ਹੁੰਦੀ ਯਾਰੀ ਵਿੱਚ ਚੀਟ ਦੀ, ਪਰ ਸਾਡੀ ਯਾਰੀ ਜਿਵੇਂ ਰੋਡ ਕੰਕਰੀਟ ਦੀ, ਪੂਰੇ ਤੀਹਾਂ ਦਾ ਪਵਾ ਕੇ ਦਿਲ ਚੱਕ ਲਈਏ ਵੀ ਕਲਾ, ਓਏ ਕਹਿੰਦੀ ਹਟਣਾ ਨਹੀਂ ਜਿੰਨਾ ਮਰਜ਼ੀ ਮੈਂ ਚੀਕਲਾ, ਲੰਮੀ ਹੁੰਦੀ ਜਾਂਦੀ ਐ ਲਿਸਟ ਯਾਰੋ ਨਾਈ ਦੀ, ਸੋਹਦੇ ਨਾਲ ਮਹਿੰਗੀ ਕਦੇ ਐਨਕ ਨੀ ਲਾਈ ਦੀ, ਆਈ ਉੱਤੇ ਆ ਗਏ ਜਦੋਂ ਪਿੰਡ ਨਹੀਂ ਉਹ ਛੱਡਣੀ, ਬਾਕੀ ਜੋ ਮਰਜ਼ੀ ਹੁੰਦਾ ਹੋਵੇ ਵੀਰੇ ਗਾਲ ਨਹੀਂ ਕੱਢਣੀ। ਕਿੱਦਾਂ ਲੱਗੀ ਵੀਡੀਓ, ਵਧੀਆ ਨਾ? ਸਾਡੇ ਚੈਨਲ ਦੇ ਇੱਕ ਸਬਸਕ੍ਰਾਈਬਰ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਪਰਮੀਸ਼ ਵਰਮਾ ਜੀ ਨੇ ਗਾਣੇ ਦਾ ਨਾਮ ਰੱਖਿਆ ਗਾਲ ਨਹੀਂ ਕੱਢਣੀ, ਪਰ ਗਾਣੇ 'ਚ ਇੱਕ ਜਗ੍ਹਾ ਗਾਲ ਕੱਢੀ ਆ, ਤੁਸੀਂ ਆਪ ਹੀ ਦੇਖ ਲਿਓ ਵੀਡੀਓ 'ਚ। ਵਾਲਿਆ ਕਈ ਨੇ ਸ਼ਰੀਫ ਕਈ ਬਾਲੀ ਮੇਰੇ ਸਾਇਆ। ਅੱਛਾ, ਇਹ ਨਾ ਵੀਡੀਓ ਦੀ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਬੜੀ ਵਧੀਆ ਲੱਗੀ, ਕੁਛ ਇੱਧਰ ਉੱਡ ਰਿਹਾ, ਸਪੈਸ਼ਲੀ ਪਰਮੀਸ਼ ਭਾਅ ਜੀ ਦੇ ਬੂਟ ਥੱਲਿਓ ਹਰੇ ਐਨ ਇੱਧਰੋਂ ਉੱਧਰੋਂ ਐਂ ਚਮਕ ਚਮਕ। ਇਹ ਭਲਾ ਕਾਹਦਾ ਕੰਮ ਹੁੰਦਾ? VFX ਦਾ ਕੰਮ ਹੁੰਦਾ, ਨੌਲੇਜ ਬਹੁਤ ਚੌਲਾ, ਮੈਨੂੰ ਸਾਰੀ ਨੌਲੇਜ ਤੁਹਾਨੂੰ ਦਊਂਗਾ। ਅਤੇ VFX ਕੀਤੀ ਆ ਪਰਮ ਖੇਪਰ ਪਰਮੀਸ਼ ਵਰਮਾ ਜੀ ਦੀ ਟੀਮ ਵਿੱਚੋਂ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਐਡੀਟਿੰਗ ਦੀ, ਐਡੀਟਿੰਗ ਕੀਤੀ ਆ ਮੋਂਟੀ ਭਾਅ ਜੀ ਨੇ, ਮੈਂ ਕਹਿੰਦਾ ਕਮਾਲ ਦੀ ਐਡੀਟਿੰਗ ਕੀਤੀ ਆ। ਦੇਖੋ ਜਦੋਂ ਕੋਈ ਗਾਣਾ ਵਧੀਆ ਸੁਪਰਹਿੱਟ ਬਣਦਾ ਨਾ, ਸਾਰਿਆਂ ਦਾ ਹੱਥ ਹੁੰਦਾ, ਲਿਰਿਕਸ, ਵੀਡੀਓ, VFX, ਐਡੀਟਿੰਗ, ਮਿਊਜ਼ਿਕ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਸਾਡੇ ਵੱਲੋਂ ਇੱਕ ਵਾਰੀ ਫਿਰ ਪਰਮੇਸ਼ਵਰ ਬਾਂ ਜੀ ਨੂੰ ਬਹੁਤ ਬਹੁਤ ਵਧਾਈ। ਅਤੇ ਮਿਊਜ਼ਿਕ ਦਿੱਤਾ, ਪਰ ਕੌਣ ਬਣਾਉਂਦਾ ਮਿਊਜ਼ਿਕ? ਦੇਸੀ ਕਰੂ ਨਾਮ ਤਾਂ ਕੰਪਨੀ ਦਾ, ਪਰ ਇਹਨੂੰ ਬਣਾਉਂਦਾ ਕੌਣ? ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ। ਅਤੇ ਉਹਨਾਂ ਦੀ ਇੰਟਰਵਿਊ ਆਪਾਂ ਕਈ ਚੈਨਲਾਂ 'ਤੇ ਵੇਖੀ, ਬਹੁਤ ਸੋਹਣਾ ਕੰਮ ਕਰ ਰਹੇ ਆ। ਅੱਛਾ, ਕੁਛ ਲੋਕ ਤਾਂ ਇਹ ਵੀ ਕਹਿੰਦੇ ਕਿ ਪਰਮੀਸ਼ ਭਾਅ ਜੀ ਨੇ ਬਸੁਰਾ ਗਾਇਆ, ਸੁਰ ਨਹੀਂ। ਮੈਂ ਕਹਿੰਦਾ ਗਾਇਆ ਕਿੱਥੇ ਯਾਰ, ਪਰਮੀਸ਼ ਵੀਰੀ ਨੇ ਤਾਂ ਗੱਲਾਂ ਸੁਣਾਈਆਂ, ਉਹ ਵੀ ਐਡੀ ਸੋਹਣੀ ਗੱਲ ਸੁਣਾਈ, ਜੋ ਮਰਜ਼ੀ ਹੁੰਦਾ ਹੋਵੇ ਵੀਰ ਜੀ ਗਾਲ ਨਹੀਂ ਕੱਢਣੀ, ਇਸ ਤੋਂ ਵਧੀਆ ਕੀ ਗੱਲ ਹੋ ਸਕਦੀ। ਮਜ਼ਾ ਆ ਰਿਹਾ, ਸਾਰਿਆਂ ਨੇ ਸੁਣ ਲਿਆ, ਸਾਰੇ ਸੁਣ ਰਹੇ, ਔਰ ਬਾਕੀ ਛੱਡੋ, ਵਿਊ ਪਤਾ ਕਿੰਨੇ ਪਹੁੰਚ ਗਏ? 17 million ਵਿਊ ਪਹੁੰਚ ਗਏ ਗਾਣੇ ਦੇ। ਅਜੇ ਜਦ ਤੱਕ ਤੁਸੀਂ ਪ੍ਰੋਗਰਾਮ ਦੇਖਣਾ, ਪਤਾ ਨਹੀਂ ਕਿੱਥੇ ਦੇ ਕਿੱਥੇ ਪਹੁੰਚ ਜਾਣੇ। ਇਸ ਗਾਣੇ ਦੇ ਔਨਲਾਈਨ ਪ੍ਰਮੋਟਰ ਨੇ ਗੋਲਡ ਮੀਡੀਆ ਐਂਟਰਟੇਨਮੈਂਟ, ਅਤੇ ਲੇਬਲ ਬਹੁਤ ਵੱਡਾ ਲੇਬਲ ਜੀ ਸਪੀਡ ਰਿਕਾਰਡਸ, ਬਹੁਤ ਸਾਰੇ ਹੋਰ ਹਿੱਟ ਗਾਣੇ। ਮੈਂ ਤੁਹਾਨੂੰ ਕਈ ਵਾਰੀ ਕਿਹਾ ਮੈਂ ਸਾਰੇ ਨਹੀਂ ਨਾਮ ਲੈ ਸਕਦਾ, ਛੋਟਾ ਹੁੰਦਾ ਆ, ਇਸ ਲਈ ਲਿਮਿਟਡ ਗੱਲ ਹੀ ਕਰ ਸਕਦੇ ਹਾਂ। ਅੱਕੇ ਕਾਲੀ, ਅੱਛਾ ਲਓ ਕਾਲੀ ਵਿਚਾਰਾ ਅਨਪੜ੍ਹ ਆਦਮੀ, ਪੜ੍ਹਿਆ ਲਿਖਿਆ ਹੈ ਨਹੀਂ, ਅਤੇ ਪੜ੍ਹਿਆ ਕਿਉਂ ਨਹੀਂ? ਕਿਉਂਕਿ ਜਦੋਂ ਸਾਡੇ ਵਰਗੇ ਤੁਹਾਡੇ ਵਰਗੇ ਸ਼ਹਿਰਾਂ ਦੇ ਸੋਹਣੇ ਸੋਹਣੇ ਬੱਚੇ ਸਕੂਲ ਜਾਂਦੇ ਆ, ਸਵੇਰੇ ਸਵੇਰੇ ਗੁੱਡ ਮਾਰਨਿੰਗ ਮੰਮੀ, ਗੁੱਡ ਮਾਰਨਿੰਗ ਪਾਪਾ, ਟੱਪ ਕੇ ਛਾਲ ਮਾਰ ਕੇ ਬਸ 'ਚ ਬਹਿੰਦੇ, ਸਕੂਲ ਚੱਲ ਜਾਂਦਾ ਬੱਚਾ, ਅਤੇ ਸਾਡਾ ਕਾਲੀ ਓਏ ਹੋਏ ਹੋਏ ਇੱਥੋਂ ਧੋਣ ਤੋਂ ਫੜ ਕੇ ਜ਼ਬਰਦਸਤੀ ਖਿੱਚ ਕੇ ਕਰਨਾ ਪੈਂਦਾ, ਚੱਲ ਸਕੂਲੇ ਚੱਲ ਸਕੂਲੇ। ਉਹਨੂੰ ਪਿਆਰ ਨਾਲ ਉਹਦਾ ਪਿਓ ਸਮਝਾਉਂਦਾ,
ਉਹ ਪਤੰਦਰਾ ਸ਼ੇਰ ਦੇ ਬੱਚੇ ਰੋਂਦੇ ਨਹੀਂ, ਅੱਗੇ ਉਹ ਲੌਜਿਕ ਪਤਾ ਕੀ ਹੁੰਦਾ, ਨਹੀਂ ਸ਼ੇਰ ਦੇ ਬੱਚੇ ਰੋਂਦੇ ਨਹੀਂ ਤੇ ਸ਼ੇਰ ਦੇ ਬੱਚੇ ਸਕੂਲ ਵੀ ਨਹੀਂ ਜਾਂਦੇ। ਹਿੰਦੀ ਦਾ ਪੀਰੀਅਡ, ਹਿੰਦੀ ਦੇ ਪੇਪਰ ਦੇ ਵਿੱਚ ਗਾਏ ਦਾ ਪ੍ਰਸਤਾਵ ਆ ਗਿਆ, ਐਸੇ ਆ ਗਿਆ, ਨਿਬੰਧ ਆ ਗਿਆ, ਐਡਾ ਇੰਟੈਲੀਜੈਂਟ ਬੱਚਾ ਪੇਪਰ 'ਚ ਲਿਖ ਕੇ ਆ ਗਿਆ, ਗਾਏ ਹਮਾਰੀ ਮਾਤਾ ਹੈ ਆਗੇ ਕੁਛ ਨਹੀਂ ਆਤਾ ਹੈ। ਟੀਚਰ ਤੇ ਟੀਚਰ ਹੁੰਦਾ, ਟੀਚਰ ਨੇ ਉਹਦੇ ਥੱਲੇ ਲਿਖਤਾ, ਅਗਰ ਗਾਏ ਤੁਹਾਰੀ ਮਾਤਾ ਹੈ ਤਾਂ ਬੈਲ ਤੁਹਾਰਾ ਬਾਪ ਹੈ, ਨੰਬਰ ਦੇਣਾ ਪਾਪ ਹੈ, ਜੀਰੋ ਆਂਡਾ ਚੱਲ ਚੱਕ। ਇਹ ਗੱਲਾਂ ਕਾਲੀ ਦੀਆਂ, ਹੋਰ ਵੀ ਗੱਲਾਂ ਆਪਾਂ ਕਰਦੇ ਰਹਾਂਗੇ। ਮੇਰੇ ਹਿਸਾਬ ਨਾਲ ਘੜੀ ਤਾਂ ਮੈਂ ਬੰਨੀ ਨਹੀਂ, ਪਰ ਮੈਨੂੰ ਲੱਗਦਾ ਭਾਜੀ ਇਸ਼ਾਰਾ ਕਰ ਰਹੇ ਟਾਈਮ ਹੋ ਗਿਆ ਐਪੀਸੋਡ ਖਤਮ ਕਰਨ ਦਾ, ਸ਼ਟਰ ਚੱਕਣ ਦਾ। ਤੁਸੀਂ ਮੇਰਾ ਇਹ ਚੈਨਲ ਅੱਡੀ ਟੱਪਾ ਮਿਊਜ਼ਿਕ ਸਬਸਕ੍ਰਾਈਬ ਕਰਦੇ ਰਹੋ, ਸਾਡੀਆਂ ਵੀਡੀਓ ਸ਼ੇਅਰ ਕਰਦੇ ਰਹੋ, ਕਮੈਂਟ ਜ਼ਰੂਰ ਕਰਦੇ ਰਹੋ, ਅਸੀਂ ਕਮੈਂਟ ਕਰਨ ਵਾਲੇ ਬੰਦੇ ਦਾ ਨਾਮ ਜ਼ਰੂਰ ਲਵਾਂਗੇ। ਅਤੇ ਮੇਰੇ ਸਾਹਮਣੇ ਨਹੀਂ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅਤੇ ਸ਼ਟਰ ਆਪਾਂ ਹੁਣ ਥੱਲੇ ਸੁੱਟ ਦਈਏ। ਚਲੋ ਜੀ, ਓਕੇ ਜੀ, ਬਾਏ।